ਸਾਰਾ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਦਾ ਚੈਨਲ ਹੋਰ ਸਾਰੇ ਜਣੇ ਕਿਵੇਂ ਹੋ ਸਵੇਰ ਦੇ 11 ਵੱਜ ਗਏ ਨੇ ਅੱਜ ਮੰਮੀ ਕਹਿੰਦੀ ਵੀ ਬਾਹਰੋਂ ਕੁਛ ਲਿਆਓ ਖਾਣ ਨੂੰ ਕਿਉਂਕਿ ਮੰਮੀ ਨੂੰ ਅੱਜ ਸਮਝ ਨਹੀਂ ਆਉਣ ਡਿਆ ਕੀ ਬਣਾਈਏ ਸਾਰੀ ਮੰਮੀ ਕਹਿੰਦੀ ਆਪਸ਼ਨ ਖਤਮ ਹੋ ਗਈਆਂ ਨੇ ਮੇਰੇ ਕੋਲ ਤੇ ਅੱਜ ਕੁਛ ਬਾਹਰੋਂ ਲਿਆਓ ਤੇ ਆਰਡਰ ਆਪਾਂ ਕਰਤਾ ਵੇ ਤੇ ਹੁਣ ਆਪਾਂ ਚੱਲੇ ਹਾਂ ਪਿਕਅਪ ਕਰਨ ਤੇ ਉਹ ਕਹਿੰਦੇ ਸੀ ਸਾਨੂੰ 10 ਮਿੰਟ ਲੱਗਣਗੇ ਤੁਹਾਡਾ ਆਰਡਰ ਬਣਾਉਣ ਤੇ 10 ਮਿੰਟ ਬਸ ਹੋਣ ਵਾਲੇ ਨੇ ਚਲੋ ਫਿਰ ਚੱਲੀਏ ਤਾਂ ਉੱਥੇ ਜਾ ਕੇ ਤੁਹਾਨੂੰ ਮਿਲਨੇ ਆ ਇੱਧਰ ਨਾਂਜੋ ਤਾਂ ਮੇਰਾ ਕਵਰ ਫੜ ਕੇ ਫੋਨ ਨੂੰ ਸਮਝ ਕੇ ਗੱਲਾਂ ਕਰਦਾ ਵਾ ਕਿਸੇ ਨਾਲ ਇਹਨੂੰ ਲੱਗਦਾ ਵਾ ਵੀ ਹਰਿਆ ਫੋਨ ਹੈ ਕਿਉਂਕਿ ਮੈਂ ਉਹ ਕਵਰ ਪਾਉਂਦਾ ਹੁੰਦਾ ਨਾ ਆਪਣੇ ਫੋਨ 'ਤੇ ਅਤੇ ਉਹਨੂੰ ਕੰਨ ਦੇ ਨਾਲ ਲਾ ਕੇ ਗੱਲਾਂ ਕਰਦਾ ਵਾ ਚਲੋ ਕੋਈ ਨਹੀਂ ਕੰਟੀਨਿਊ ਕਰ ਆਪਣੀ ਗੱਲਾਂ ਅਤੇ ਆਪਾਂ ਫਿਰ ਲਿਆਉਂਦੇ ਹਾਂ ਜਾ ਕੇ ਕੁਛ ਖਾਣ ਨੂੰ ਮੇਰੇ ਨਾਂ 'ਚ ਨੇ ਵੀ ਜਾਣਾ ਵੇ ਕਮੀਜ਼ਾਂ ਪ੍ਰੈਸ ਹੁੰਦੀਆਂ ਪਈਆਂ ਨੇ ਅਤੇ ਫਿਰ ਆ ਜੋ ਰੈਡੀ ਹੋਏਗਾ ਫਿਰ ਜਾਵਾਂਗੇ ਹੋ ਗਿਆ ਕੰਮ ਬਸ ਰੈਡੀ ਹੈ ਹੋ ਗਿਆ ਬਸ ਠੀਕ ਹੈ ਬਸ ਹੁਣ ਪੜ੍ਹਨਾ ਹੀ ਪੜ੍ਹਨਾ ਵੇ ਅਤੇ ਇਹ ਘਰ ਰਹੇਗਾ ਇਹਨੂੰ ਨੇ ਆਪਾਂ ਲੈ ਕੇ ਜਾਣਾ ਇਹ ਘਰ ਰਹੇਗਾ ਆਪਾਂ ਪਹੁੰਚ ਗਏ ਹਾਂ ਰਸਤੇ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਸੀ ਕਿਉਂਕਿ ਅੱਜ ਸੈਚਰਡੇ ਮੈਂ ਨਾ ਤਾਂ ਕਰਕੇ ਸੈਚਰਡੇ ਸੰਡੇ ਟ੍ਰੈਫਿਕ ਹੁੰਦੀ ਹੈ ਚਲੋ ਫਿਰ ਆ ਗਏ ਹਾਂ ਕਰਨੇ ਹਾਂ ਪਿਕਅਪ ਚਲੋ ਜੀ ਸਮਾਨ ਆਪਾਂ ਪਿਕਅਪ ਕਰ ਲਿਆ ਵੇ ਅਤੇ ਹੁਣ ਚਲੋ ਚੱਲੀਏ ਘਰ ਭੁੱਖ ਬਹੁਤ ਲੱਗਦੀ ਵੀ ਦੇਖ ਕੇ ਅਤੇ ਚਲੋ ਪਿਕਅਪ ਹੋ ਗਿਆ ਸੀ ਉੱਥੇ ਪਿਆ ਸੀ ਰੈਡੀ ਬਣ ਕੇ ਆਪਾਂ ਚੱਕ ਲਿਆ ਅਤੇ ਹੁਣ ਚਲੋ ਘਰ ਚੱਲੀਏ ਅਤੇ ਫਿਰ ਖਾਵਾਂਗੇ ਹੁਣ ਆਪਾਂ ਖਾਣਾ ਪੀਣਾ ਸੀ ਨਾਂਜੋ ਨੂੰ ਵੀ ਖਾਣਾ ਸੀ ਤਾਂ ਨਾਂਜੋ ਤਾਂ ਸੋ ਗਿਆ ਵੇ ਚਲੋ ਕੋਈ ਨਹੀਂ ਇਹਦੇ ਵਾਸਤੇ ਬਚਾ ਕੇ ਰੱਖ ਲਾਂਗੇ ਆਪਾਂ ਖਾਂਦੇ ਹਾਂ ਵਿਚਾਰੇ ਨੂੰ ਪਤਾ ਹੀ ਨਹੀਂ ਹੈਗਾ ਵੀ ਕਦੋਂ ਉਹ ਲਿਆਉਣਗੇ ਫਿਰ ਵਿਚਾਰਾ ਸੋਈ ਗਿਆ ਚਲੋ ਆਪਾਂ ਖਾਂਦੇ ਹਾਂ ਤਾਂ ਤੁਹਾਨੂੰ ਦਿਖਾਉਣਾ ਆਪਾਂ ਕੀ ਕੀ ਮੰਗਾਇਆ ਹੈਲੋ ਜੀ ਯਾਰ ਆਹ ਸਮਾਨ ਲਿਆਉਂਦਾ ਹੈਗੇ ਨੇ ਜੀ ਕੁਲਚੇ ਛੋਲੇ ਠੀਕ ਆ ਛੋਲੇ ਹੈਗੇ ਨੇ ਅਤੇ ਆਹ ਦਹੀਂ ਭੱਲੇ ਵੀ ਹੈਗੇ ਨੇ ਅਤੇ ਨਾਲ ਸਮੋਸੇ ਵੀ ਮੰਗਵਾਏ ਸੀ ਆਪਾਂ ਅਤੇ ਇੱਧਰ ਮੈਨੂੰ ਲੱਗਦਾ ਪਨੀਰ ਦੀ ਸਬਜ਼ੀ ਸੀ ਠੀਕ ਹੈ ਜੀ ਅਤੇ ਆਹ ਹੈਗੇ ਨੇ ਜੀ ਟਿੱਕੀ ਚਾਟ ਹੈ ਦਹੀਂ ਵਾਲੇ ਆਹ ਵੀ ਦਹੀਂ ਭੱਲੇ ਹੈਗੇ ਨੇ ਸਮੋਸੇ ਹੋਰ ਹੈਗੇ ਨੇ ਇੱਧਰ ਪਕੌੜੇ ਵੀ ਹੈਗੇ ਨੇ ਅਤੇ ਅੰਛਣੇ ਆਹ ਬਰਗਰ ਮੰਗਵਾਇਆ ਆਪਾਂ ਰੋਟੀ ਖਾ ਲਈਏ ਅਤੇ ਹੁਣ ਬਸ ਮੈਂ 5 ਵਜੇ ਨਾ ਅੱਜ ਕੰਮ 'ਤੇ ਜਾਣਾ ਵੇ ਅਤੇ ਹੁਣ ਨਾ ਆਪਾਂ ਮੈਂ ਟਰਾਈ ਕਰਨਾ ਪਿਆ ਵੀ ਮੈਂ ਰੋਜ਼ ਹੁਣ ਵਲੋਗ ਪਾਇਆ ਕਰਾਂ ਕਿਉਂਕਿ ਹੁਣ ਸਾਨੂੰ ਸਕੂਲ ਤੋਂ ਛੁੱਟੀਆਂ ਪੈਣ ਵਾਲੀਆਂ ਨੇ ਜੂਨ ਜੁਲਾਈ ਅਤੇ ਅਗਸਤ 3 ਮਹੀਨਿਆਂ ਦੀਆਂ ਛੁੱਟੀਆਂ ਪੈਣੀਆਂ ਸਾਨੂੰ ਅਤੇ ਆ 1 ਮਹੀਨਾ ਰਹਿ ਗਿਆ ਬਸ ਅਤੇ ਫਿਰ ਸਾਨੂੰ ਛੁੱਟੀਆਂ ਹੋ ਜਾਣੀਆਂ ਸਟਾਰਟ ਤਾਂ ਕਰਕੇ ਹੁਣ ਮੈਂ ਆਦਤ ਪਾਉਂਦਾ ਪਿਆ ਆਪਣੇ ਆਪ ਨੂੰ ਵੀ ਆਪਾਂ ਰੋਜ਼ ਵਲੋਗ ਕਰੀਏ ਕਿਉਂਕਿ ਫਿਰ ਤਾਂ ਕੰਮ ਵੀ ਨਹੀਂ ਮਿਲਣਾ ਇੱਦਾਂ ਘਰ ਹੀ ਬੈਠੇ ਰਹਿਣਾ ਆਪਾਂ ਅਤੇ ਮੈਂ ਕਿਹਾ ਫਿਰ ਆਪਾਂ ਰੈਗੂਲਰ ਵਲੋਗ ਪਾਇਆ ਕਰਾਂਗੇ ਅਤੇ ਚਲੋ ਫਿਰ ਹੌਲੀ ਹੌਲੀ ਆਦਤ ਪੈ ਜਾਣੀ ਫਿਰ ਸਾਨੂੰ ਰੋਜ਼ ਪਾਉਣ ਦੀ ਅਤੇ ਨਾਂਜੋ ਵੀ ਉੱਠ ਗਿਆ ਅਤੇ ਹੁਣ ਇਹਨੂੰ ਵੀ ਖਵਾਉਂਦੇ ਆਪਾਂ ਵੈਸੇ ਮੈਂ ਸਮੋਸੇ ਰੱਖੇ ਸੀ ਭੁੱਖ ਲੱਗੀ ਇਹਨੂੰ ਵੀ ਚਲੋ ਜੀ ਅੰਛ ਗਿਆ ਨਾਂਜੋ ਨੂੰ ਥੱਲੇ ਘੁਮਾਉਣ ਕਿਉਂਕਿ ਅੱਜ ਨਾਂਜੋ ਨੂੰ ਨਾ ਆਪਾਂ ਬਿਲਕੁਲ ਵੀ ਥੱਲੇ ਲੈ ਨਹੀਂ ਗਏ ਤਾਂ ਕਰਕੇ ਉਹ ਮਤਲਬ ਰੋਂਦਾ ਆ ਪਿਆ ਸੀ ਵੀ ਥੱਲੇ ਲੈ ਕੇ ਜਾਓ ਅਤੇ ਹੁਣ 'ਚ ਲੈ ਗਿਆ ਘੁਮਾਉਣ ਵਾਸਤੇ ਉਹਨੂੰ ਉਹ ਰਿਹਾ ਨਾਂਜੋ ਦੇਖ ਲਓ ਇੱਦਾਂ ਨੂੰ ਇਹਨੇ ਬਸ ਘੁੰਮੀ ਜਾਣਾ ਹੁੰਦਾ ਵੇ ਬਾਹਰ ਇਹਨੂੰ ਜਾ ਕੇ ਮਤਲਬ ਮਜ਼ਾ ਆਉਂਦਾ ਵੀ ਘੁੰਮ ਕੇ ਤਾਂ ਕਰਕੇ ਫਿਰ ਆਪਾਂ ਇਹਨੂੰ ਲੈ ਜਾਈਦਾ ਵੀ ਮੰਮੀ ਵੀ ਸ਼ਾਮ ਨੂੰ ਲੈ ਜਾਂਦੇ ਨੇ ਲਓ ਜੀ ਲਓ ਅੰਛਣੇ ਭਾਤਾ ਉੱਪਰ ਗੱਡੀ ਦੇ ਅਤੇ ਨਾਂਜ ਨੂੰ ਦੇਖ ਲਓ ਪਤਾ ਲੱਗ ਗਿਆ ਮੇਰੀ ਵੀਡੀਓ ਬਣਾਉਣ ਦਿਆ ਦੇਖੋ ਦੇਖਦਾ ਪਿਆ ਦੇਖੋ ਪਤਾ ਲੱਗ ਗਿਆ ਮੁੰਡੇ ਨੂੰ ਦੂਰੀ ਦੇਖ ਲਿਆ ਉਹਨੇ ਹੋਰ ਸਾਰੇ ਹੁਣ ਚੱਲ ਗਏ ਨੇ ਵਾਲਮਾਰਟ ਗਰੋਸਰੀਜ਼ ਲੈਣ ਮੈਂ ਘਰ ਤਾਂ ਆ ਰਿਹਾ ਕਿਉਂਕਿ ਆਪਾਂ ਜਾਣਾ ਕੰਮ 'ਤੇ ਹੁਣ ਬਸ ਮੈਂ ਬੂਟ ਪਾ ਲੱਗਾ ਵਾਂ ਅਤੇ ਹੁਣ ਫਿਰ ਆਪਾਂ ਚੱਲਣਾ ਹੈ ਕੰਮ 'ਤੇ ਅਤੇ ਚਲੋ ਫਿਰ ਆਪਾਂ ਸਾਨੂੰ ਹੈਗੀ ਕੱਲ੍ਹ ਛੁੱਟੀ ਆਪਾਂ ਕੱਲ੍ਹ ਜਾਵਾਂਗੇ ਕਿਧਰੇ ਅਤੇ ਚਲੋ ਜਾਂਦੇ ਹਾਂ ਅਤੇ ਫਿਰ ਹੁਣ ਤੁਹਾਨੂੰ ਮੈਂ ਘਰ ਆ ਕੇ ਰਾਤ ਨੂੰ 8 ਵਜੇ ਮਿਲਣਾ ਵਾਂ ਓਕੇ ਜੀ ਅਤੇ ਬਾਹਰ ਮੌਸਮ ਦਾ ਅਤੇ ਅੱਜ ਫਿਰ ਲੱਗਦਾ ਬਾਰਿਸ਼ ਪਏਗੀ
चलो देखने की हों अपना सारा समान लै लीए। चलो फिर तुम हम आप घर आ के ना 8 बजे मिलेंगे। ओके जी 8 बज गए ने तो मौसम तुम देख लो आप ही ठीक है जी। इन लगता 6 महीना शुरू हुई सी बारिश पानी। चलो हम चलीए घर। चलो जी मैं हम कम तू आ गया। मैं नांजू के नवे खिलौने लिया ने ते नांजू की आ भी नवी लियादी सैकल बहुत वधिया बहुत वधिया। नांजू मैं लगता अंदर होएगा तो जे अज देखने चलाता है ठीक है नहीं तो फिर कल भी यदि वीडियो बनाएंगे। कल तो चलाएगा ही तो आ भी थोड़े खिलौने लिया नवे। चलो वधिया है पर हैंडल नहीं मुड़ता है सीधी रही है। चलो नांजू देखने आप अंदर जाके नांजू करता पै तो नांजू पीता पाई दुध समोसे पे ही तो मैं क्या समोसे ही खा लें तो नाल छोले भी है ही तो चंगी तरह आप भी पालेंगे छोले तो वधिया स्वाद लगन गए। आ देखो दो समोसे होंगे ने बच्चे आते हैं तो ऑर्डर करते जो नाल हरी चटनी तो रेड जी चटनी होंगी वह देते ने ठीक है जी। चलो जी आप समोसा चाट बना ली फिर मिक्स करता सारा बिच छोले पाए ने सोस पाई तो समोसे ने तो मैं हूँ टीवी देखा लगा 9 बज गए ने तो आ खा के तो फिर मैं थोड़ी जी अपना पिछला व्लॉग जरा एडिट करा तो तू आप फिर मिलने कल। ओके जी सवेर हो गई है तो मम्मी ने इतने खीर बनानी शुरू करती है। अज मम्मी कहती खीर भी बनाने क्योंकि अज हैगी विसाखी तो सारा हैप्पी विसाखी। तो अंदर मैं खाना जी रोटी आ दे लो गाजर तो आलू तो नाल हैगी रोटी ठीक है। तो बहर आए हजे तक तो चंकी धुप नहीं चढ़ी हैगी। इधर देख लो नांजो डैडी होना सारे बादाम बदूम चंगी तरह करते बने सारे एक जगह रखते बने करके कट्ठे क्योंकि वह भाने उच्च अपना खीर दे सू नांजो भी चक चक के बस मूँह च पाई जाता देखियो हूँ मूँह च पाएगा आलू नाल मुंडा भी बादाम खाई जाता। चलो जी आ सारा समान पेगा खीर दे बहुत कुछ है मैं तो पता भी नहीं की है वे। चलो जी खीर बन के रेडी हो गई है तो मैं माड़ा टेस्ट किया स्वाद बनी खीर बहुत तो हूँ आप खाने खीर तो फिर तुम आप मिलने हूँ 5 बज गए ने मैं अंश तो आनंद जोत नंज इधर गए कैमरे तो मम्मी आप चलिया मोल। मैं ना अपनी एक पेंट लैनी है मेरे को काली पेंट तो हैगी एक मैं ना ब्लू पेंट भी लैनी है तो पेंट लें तो होर उ मोल के घूम लाँगे। चलो फिर चलीए जो नंज न आप अगे बिठा लें ना इदा खड़ के कभी ए सी छेड़द कभी इदा घुमा रहा कभी इनू छेड़द कभी इतने हाथ लादा आ फिर सैनिटाइजर इतने पिया हों फिर जो अगे होंगे ना सैनिटाइजर फिर इतने रखना पैंता क्योंकि सैनिटाइजर मूँह पा लगा। आ देखो बस इन्हें कोई ना कोई चीज़ छेड़ी जानी बस एवें वधिया जो पिछे पा दो ना तो फिर रोन लग पाता जो मम्मी है कि फिर ही पिछे पावे इनू। हेलो जी आप इतने पहुँच चुके हैं हम चलो अंदर चलीए तो हवा चलती भी है ठंड हैगी है तो सब तो पहले अपनी पेंट लावगा तो फिर देखने और उन्होंने की लैना मैं तो अपनी पेंट ही लैनी है। हेलो जी आप स्टोर च पहुँच गए आप आए हैं होलीस्टर स्टोर आ रही पेंटा सारिया तो मैं एक ब्लू लवागा तो एक मम्मी कहती तू ब्लैक भी ले लै तो चलो फिर ब्लैक भी आप लै लें ब्लू तो सू पसंद आ गई है तो हूँ मम्मी ब्लैक वाला भी देखते भेने केड़ी वधिया वे पेंट आप लै लिया ने एक ब्लू लिती एक मैं लिती ब्लैक कलर की तो हूँ देखने कितने जाना वे पता नहीं हूँ किधर जावे देखने आ।
स्टोर। मम्मी कहती भी आप हरिया मिर्चा लैनिया ने तो आप भी ना कुछ खाण पीन ले लेंगे। चलो फिर जाए तुम मिलने नंजो देख लो जी बार पिछे पूरे मजे चिल करते पेने पीता पै दुध नंज। चलो जी चलने। तो लो जी आप पहुँच गए मम्मी अंदर गई मैं तो नंज गड्डी बैठे हाँ क्योंकि मैं ना इतने पीज़ा हट भी है वे तो मैं पीज़ा ऑर्डर करता पाया तो कहते कि 10 मिनट बन जाएगा पीज़ा तो वह भी आप इतों ले लेंगे तो बस मम्मी ने कल मिर्चा लैनिया ने तो फिर मैं गड्डी सी तो नाले मैं पीज़ा ऑर्डर करना सी। चलो फिर देखना किमें बनता पीज़ा हट मैं थोड़ा घट ही खाई दा जा डोमिनोज खाने आप क्योंकि वो साढ़े लागे वे। आ रहा जी पीज़ा दो स्लाइस रह गई ने क्योंकि मैं पीज़ा खाई जाता ही तो फिर याद आया भी वीडियो भी बनानी है तो दो पीस रह गए ने मैं दस ही पीज़ा। तो लो जी बाहर रात पैनी स्टार्ट हो गई देख लो 8 बज गए ने मैं खा लगा रोटी रोटी आप इन्नी नहीं खानी क्योंकि पीज़ा भी खाधा ढिड भर ही पिया वे तो चलो फिर खाइए रोटी। अज ना जो लैंदा पाया झूठे अपनी नवी सैकल से देख लो अज मुंडे का मन किया होना तो लैन लग पाया झूठे वो अंश भी पिछले धक्के मारन लग पाया मज़ा आता पाया। सवेर के 10 बज गए ने तो आ ब्लॉग नूं आपां इत्थे करने आ एंड ते तुहानूं मिलांगे फिर आपां एक होर नवी वीडियो दे नाल। ओके जी अगली वीडियो दे नाल तुहानूं छेती मिलने आ।